ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਹੋਰ ਬਹੁਤ ਵਧੀਆ ਸ਼ੁਰੂਆਤ ਹੋਈ ਹੈ। ਬਹੁਤ ਵਧੀਆ ਵੀਜ਼ਾ ਆਇਆ ਮੇਰੇ ਕੋਲ ਨੇ, ਹਰਜੋਤ ਸਿੰਘ ਮੋਗਾ ਤੋਂ। ਇਹਨਾਂ ਦੇ 3 ਸਾਲ ਦਾ ਗੈਪ ਸੀਗਾ ਇਹਨਾਂ ਦਾ, ਅਤੇ ਪਲੱਸ ਟੂ ਵਿੱਚ ਇਹਨਾਂ ਦੇ ਸਿਰਫ 54% ਸੀਗੇ, ਅਤੇ ਇਸ ਦੇ ਬਾਵਜੂਦ ਵੀ ਅਸੀਂ ਵੀਜ਼ਾ ਲੈ ਕੇ ਦਿੱਤਾ। ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਤੇ ਹਰਜੋਤ ਸਿੰਘ ਦੱਸਿਓ ਤੁਹਾਡੀ ਕੀ ਪ੍ਰੋਫਾਈਲ ਸੀਗੀ? ਮੇਰੇ 6.5 ਸੀਗੀ ਓਵਰਆਲ, ਅਤੇ 3 ਸਾਲ ਦਾ ਗੈਪ ਸੀਗਾ, ਅਤੇ ਮੇਰੇ ਫਸਟ ਅਟੈਂਪਟ 'ਚ ਵੀਜ਼ਾ ਮੇਰੇ ਹੱਥ 'ਚ ਆ। ਅਤੇ ਜੇ ਕਿਸੇ ਨੇ ਫਾਈਲ ਲਵਾਉਣੀ ਹੈ ਤਾਂ ਪਲੀਜ਼ ਜ਼ਰੂਰ ਵਿਜ਼ਿਟ ਕਰਿਓ ਇੱਥੇ। ਠੀਕ ਹੈ ਜੀ, ਅਤੇ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜਾ ਤੁਹਾਡਾ ਗੈਪ ਸੀਗਾ ਉਹਨੂੰ ਕਵਰ ਕਰਨ ਲਈ ਆਪਾਂ ਕੋਈ ਫੇਕ ਡਾਕੂਮੈਂਟ ਤਾਂ ਲਾਇਆ? ਨਹੀਂ ਸਰ। ਠੀਕ ਹੈ ਜੀ, ਫਾਈਲ ਤੁਹਾਡੇ ਸਾਹਮਣੇ ਬੈਠ ਕੇ ਲੱਗੀ ਸੀਗੀ? ਹਾਂਜੀ ਸਰ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਹਾਲੇ ਦੇ ਘਰੇ ਬੈਠੇ ਹੋਏ ਆ ਅਤੇ ਹਾਲੇ ਤੱਕ ਸਾਡੇ ਕੋਲ ਵਿਜ਼ਿਟ ਨਹੀਂ ਕੀਤਾ ਉਹਨਾਂ ਨੇ? ਉਹਨਾਂ ਨੂੰ ਇਹੀ ਕਹੂੰਗਾ, ਪਲੀਜ਼ ਇੱਕ ਵਾਰੀ ਵਿਜ਼ਿਟ ਕਰੋ, ਆਪਣੀ ਪ੍ਰੋਫਾਈਲ ਦਿਖਾਓ, ਅਤੇ ਹੋਪ ਸੋ ਤੁਹਾਡੀ ਵੀਜ਼ਾ ਜ਼ਰੂਰ ਆਊਗਾ। ਠੀਕ ਹੈ ਜੀ, ਹਰਜੋਤ ਸਿੰਘ ਦੀ ਤਰ੍ਹਾਂ ਤੁਸੀਂ ਵੀਜ਼ਾ ਲੈ ਸਕਦੇ ਹੋ, ਚਾਹੇ ਤੁਹਾਡੇ ਕਿੰਨੀ ਵੀ ਪ੍ਰੋਫਾਈਲ ਵੀਕ ਹੈ, ਤੁਹਾਡੇ ਪਲੱਸ ਟੂ 'ਚੋਂ 50%, 48%, ਜਿੰਨੇ ਵੀ ਹੈਗੇ ਆ, ਤੁਹਾਡੇ 1 ਮੋਡਿਊਲ 'ਚੋਂ, 2 ਮੋਡਿਊਲ 'ਚੋਂ, 3 ਮੋਡਿਊਲ 'ਚੋਂ 5.5 ਨੇ, ਤੁਹਾਡਾ ਗੈਪ ਹੈ, ਤੁਸੀਂ ਕਿੰਨੀ ਵਾਰ ਰਿਫਿਊਜ਼ ਹੋ ਪਹਿਲਾਂ, ਤੁਸੀਂ ਵੀਜ਼ਾ ਲੈ ਸਕਦੇ ਹੋ, ਤੁਹਾਨੂੰ ਸਿਰਫ ਯੂਐਲ 'ਤੇ ਵਿਸ਼ਵਾਸ ਕਰਨਾ ਪਊਗਾ। ਧੰਨਵਾਦ।